इन्हां ने सिंघां नूं साडियां भैणां नूं सिंघणियां नूं उत्थों चक के बकरियां वांगू कुट्टिया। इहदा हिसाब पंथ लएगा और इहदी शुरुआत पंथ ने कर देनी है। इन्हां नूं गुरुद्वारा साहिबाना चों हूंज के बाहर कढ़ना इन्हां नूं। ਇਹ ਗੁਰੂ ਸਾਹਿਬ ਤੋਂ ਵੱਡੇ ਹੋ ਗਏ, ਇਹਨਾਂ ਦੇ ਚਾਰ ਸੱਟਾਂ ਜੇ ਵੱਜ ਗਈਆਂ ਜਾਂ ਤੁਸੀਂ ਆਪ ਮਾਰੀਆਂ, ਮੈਨੂੰ ਤਾਂ ਪਤਾ ਲੱਗਿਆ ਵੀ ਇਹਨਾਂ ਨੇ ਆਪ ਮਾਰੀਆਂ, ਇਨਵੈਸਟੀਗੇਸ਼ਨ ਦਾ ਵਿਸ਼ਾ। ਔਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਥੇਦਾਰ ਸਾਹਿਬ, ਕੌਮ ਦੇ ਜਥੇਦਾਰ ਬਣੋ, ਬਹੁਤ ਵੱਡੀ ਸੀਟ ਹੈ, ਸਿਰ ਝੁਕਦਾ ਇਹ ਸੀਟ ਨੂੰ ਬਾਦਲ ਕੇ ਅਤੇ ਅਬਦਾਲੀ ਕੇ ਤੁਸੀਂ ਜਥੇਦਾਰ ਬਣੇ ਹੋ, ਕੈਪਟਨ ਦੇ ਜਥੇਦਾਰ ਬਣੇ ਹੋ, ਇਹ ਚੀਜ਼ ਮਨਜ਼ੂਰ ਨਹੀਂ। ਬੀਤੇ ਦਿਨੀ ਸ਼੍ਰੀ ਦਰਬਾਰ ਸਾਹਿਬ ਦੇ SGPC ਦਫ਼ਤਰ ਦੇ ਬਾਹਰ ਸਿੱਖ ਜਥੇਬੰਦੀਆਂ ਤੇ ਸਤਿਕਾਰ ਕਮੇਟੀ ਦੇ SGPC ਦੀ ਟਾਸਕ ਫੋਰਸ ਵਿਚਾਲੇ ਹੋਈ ਖੂਨੀ ਝੜਪ ਦੌਰਾਨ ਜ਼ਖਮੀ ਹੋਏ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਹਾਲ ਚਾਲ ਜਾਣਨ ਲਈ ਆਮ ਆਦਮੀ ਪਾਰਟੀ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਹੋਰ ਆਮ ਆਦਮੀ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਹਸਪਤਾਲ ਪਹੁੰਚੇ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਜ਼ਖਮੀ ਹੋਏ ਸਿੱਖਾਂ ਨੂੰ ਭਰੋਸਾ ਦਵਾਇਆ ਕਿ ਆਮ ਆਦਮੀ ਪਾਰਟੀ ਹਰ ਕਦਮ ਤੇ ਉਹਨਾਂ ਨਾਲ ਖੜੀ ਹੈ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੰਧਵਾਂ ਨੇ ਕਿਹਾ ਕਿ ਜੋ ਕੁਝ ਹੋਇਆ ਉਹ ਸਭ ਬਾਦਲ ਅਤੇ ਕੈਪਟਨ ਦੇ ਇਸ਼ਾਰਿਆਂ ਤੇ ਹੋਇਆ ਹੈ ਅਤੇ ਉਹਨਾਂ ਨੇ ਮੀਡੀਆ ਦੇ ਜ਼ਰੀਏ ਜਥੇਦਾਰ ਸਾਹਿਬ ਅੱਗੇ ਬੇਨਤੀ ਕੀਤੀ ਹੈ ਕਿ ਉਹ ਬਾਦਲ ਤੇ ਕੈਪਟਨ ਦੇ ਜਥੇਦਾਰ ਨਾ ਬਣਨ, ਕੌਮ ਦੇ ਜਥੇਦਾਰ ਬਣ ਕੇ ਸਹੀ ਫੈਸਲਾ ਲੈਣ। ਦੇਖੋ ਜੀ, ਜੋ ਕੱਲ ਬੀਤਿਆ ਇਹ ਬਾਦਲ ਕੀ ਫਿਤਰਤ ਹੈ। ਇਹਨਾਂ ਨੇ ਕੱਥੂ ਨੰਗਲ ਵੀ ਇਹ ਕੀਤਾ, ਹਰ ਸਾਲ 6 ਜੂਨ ਤੇ ਵੀ ਇਹੀ ਕਰਦੇ ਆ, ਔਰ ਸਰਕਾਰ ਦੀ ਇਹਨਾਂ ਨੂੰ ਪੁਸ਼ਤ ਬਣਾਈ ਹੁੰਦੀ ਆ, ਭਾਵੇਂ ਉਹ ਬਾਦਲ ਕੀ ਸਰਕਾਰ ਹੋਵੇ ਜਾਂ ਅਬਦਾਲੀ ਕੀ ਸਰਕਾਰ ਹੋਵੇ। ਇਹ ਹੁਣ ਅਬਦਾਲੀ ਕੀ ਸਰਕਾਰ ਦਾ ਸਹਾਰਾ ਲੈ ਕੇ ਪੁਲਿਸ ਨਾਲ ਖੜੀ ਸੀ ਇਹਨਾਂ ਦੇ। ਇਹਨਾਂ ਨੇ ਸਿੰਘਾਂ ਨੂੰ, ਸਾਡੀਆਂ ਭੈਣਾਂ ਨੂੰ, ਸਿੰਘਣੀਆਂ ਨੂੰ ਉੱਥੋਂ ਚੱਕ ਕੇ ਬੱਕਰਿਆਂ ਵਾਂਗੂ ਕੁੱਟਿਆ। ਇਹਦਾ ਹਿਸਾਬ ਪੰਥ ਲਏਗਾ ਔਰ ਇਹਦੀ ਸ਼ੁਰੂਆਤ ਪੰਥ ਨੇ ਕਰ ਦੇਣੀ ਹੈ। ਇਹਨਾਂ ਨੂੰ ਗੁਰਦੁਆਰਾ ਸਾਹਿਬਾਨਾਂ 'ਚੋਂ ਹੂੰਝ ਕੇ ਬਾਹਰ ਕੱਢਣਾ ਇਹਨਾਂ ਨੂੰ, ਹੂੰਝ ਕੇ। ਇਹ ਚੋਰ ਜਿਹੜੇ ਬੈਠੇ ਆ, ਇਹ ਕਮਾਲ ਦੀ ਗੱਲ ਹੈ, ਕਹਿੰਦੇ ਅਸੀਂ ਆਪਦੀ ਦਾੜੀ ਕਿਸੇ ਹੱਥ ਨਹੀਂ ਫੜਾਉਣੀ, ਅਸੀਂ FIR ਨਹੀਂ ਕਰਾਉਣੀ 328 ਸਰੂਪਾਂ ਦੀ। ਅਤੇ ਆਹ ਜਿਹੜੇ ਚੋਰ ਜਿਨ੍ਹਾਂ ਦੇ ਸੱਟ ਵੱਜੀ, ਜਿਨ੍ਹਾਂ ਦੇ 60-60 ਲੱਖ ਦੇ ਇਹਨਾਂ 'ਚੋਂ ਕਈਆਂ ਦੇ ਉੱਤੇ ਮੁਕੱਦਮੇ ਆ, ਆਪਣਾ ਗਬਨ ਦੀਆਂ ਇਹਨਾਂ ਦੇ ਇਲਜ਼ਾਮ ਲੱਗੇ ਹੋਏ ਆ 60-60 ਲੱਖ ਦੇ, ਇਹ ਗੁਰੂ ਸਾਹਿਬ ਤੋਂ ਵੱਡੇ ਹੋ ਗਏ, ਇਹਨਾਂ ਦੇ 4 ਸੱਟਾਂ ਜੇ ਵੱਜ ਗਈਆਂ ਜਾਂ ਤੁਸੀਂ ਆਪ ਮਾਰੀਆਂ, ਮੈਨੂੰ ਤਾਂ ਪਤਾ ਲੱਗਿਆ ਵੀ ਇਹਨਾਂ ਨੇ ਆਪ ਮਾਰੀਆਂ, ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਜੇ ਉਹਨਾਂ ਦੇ ਸੱਟਾਂ ਵੱਜੀਆਂ ਉਹਨਾਂ ਦੀ FIR ਕਰਨੀ ਜਥੇਦਾਰ ਸਾਹਿਬ, ਇਹ ਫਿਰ ਗੁਰੂ ਸਾਹਿਬ ਤੋਂ ਉੱਤੇ ਹੋ ਗਏ ਇਹ। ਸਾਡੇ ਵਾਸਤੇ ਸਰਵੋੱਚ ਗੁਰੂ ਸਾਹਿਬ ਹੈ, ਔਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਥੇਦਾਰ ਸਾਹਿਬ, ਕੌਮ ਦੇ ਜਥੇਦਾਰ ਬਣੋ, ਬਹੁਤ ਵੱਡੀ ਸੀਟ ਹੈ, ਸਿਰ ਝੁਕਦਾ ਇਹ ਸੀਟ ਨੂੰ ਬਾਦਲ ਕੇ ਅਤੇ ਅਬਦਾਲੀ ਕੇ ਤੁਸੀਂ ਜਥੇਦਾਰ ਬਣੇ ਹੋ, ਕੈਪਟਨ ਦੇ ਜਥੇਦਾਰ ਬਣੇ ਹੋ, ਇਹ ਚੀਜ਼ ਮਨਜ਼ੂਰ ਨਹੀਂ, ਫਿਰ ਸਾਰਾ ਕੁਛ ਹੋਊ, ਸਾਰਾ ਕੁਛ। ਲੇਕਿਨ ਲੇਕਿਨ ਸੁਖਬੀਰ ਬਾਦਲ ਇੱਕ CEO ਵਾਂਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾ ਰਹੇ, ਉਹ ਤਾਂ ਮੈਨੂੰ ਲੱਗਦਾ ਹੁਣ ਆਪਦਾ ਘਰ ਨਹੀਂ ਚੱਲਣਾ, ਤੁਸੀਂ ਵੇਖੀ ਜਾਓ ਕੀ ਬਣਦਾ। ਲੇਕਿਨ ਉਹਨਾਂ ਦਾ ਐਲੀਗੇਸ਼ਨ ਹੈ ਕਿ ਕਾਂਗਰਸ ਪਾਰਟੀ ਵੱਲੋਂ ਸਾਰਾ ਪਲਾਨ ਕੀ ਕਰਕੇ ਸਭ ਕੁਝ ਕਰਵਾਇਆ ਜਾ ਰਿਹਾ ਹੈ। ਇਹ ਕਾਂਗਰਸ ਬਾਦਲ ਇੱਕੋ ਹੀ ਹੈ, ਇਹ ਨੀਲੇ ਚਿੱਟੇ ਇੱਕੋ ਹੀ ਹੈ, ਇਹ ਬਿਲਕੁਲ। ਜਦੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਸੀ ਜਦੋਂ ਬਰਗਾੜੀ ਕਾਂਡ ਹੋਇਆ, ਉਦੋਂ ਵੀ ਆਹ ਹੀ ਕਾਰਾ ਸੀ, ਹੁਣ ਵੀ ਇਹੀ ਆ, ਪਰ ਹੁਣ ਅਸੀਂ ਵਾਰੀ ਵਾਰੀ ਅਸੀਂ ਧੋਖੇ 'ਚ ਨਹੀਂ ਆਉਂਦੇ, ਅਸੀਂ ਉਹ ਐਜੀਟੇਸ਼ਨ ਵੀ ਚਲਾਵਾਂਗੇ ਅਤੇ ਇੱਧਰੋਂ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਬੰਦੇ ਬਣਾਵਾਂਗੇ। ਕੀ ਤੁਹਾਡੇ ਵੱਲੋਂ ਸਮਰਥਨ ਦਿੱਤਾ ਜਾਏਗਾ, ਤੁਹਾਡੀ ਆਮ ਆਦਮੀ ਪਾਰਟੀ ਨਾਲ ਜੜ ਕੇ ਬੈਠੇਗੀ ਜੀ ਉੱਥੇ ਜੇਕਰ ਦੁਬਾਰਾ ਸੰਘਰਸ਼ ਵੇਖਿਆ ਜਾਂਦਾ ਜੀ? ਉਹ ਪਾਰਟੀ ਤਾਂ ਅੱਜ ਆਈ ਆ, ਅਸੀਂ ਸਿੱਖ ਪਹਿਲਾਂ, ਅਸੀਂ ਗੁਰੂ ਦੇ ਸਿੱਖ ਆ, ਸਾਡੇ ਭੈਣਾਂ ਭਰਾਵਾਂ ਨਾਲ ਹੋਇਆ, ਪਾਰਟੀ ਨੂੰ ਵੀ ਨਾਲ ਲਿਆਵਾਂਗੇ, ਅਸੀਂ ਤਾਂ ਨਾਲ ਹੈਗੇ ਹੈਗੇ ਹਾਂ। ਪ੍ਰਾਈਮ ਮੁੱਦੇ ਲਈ ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ।